ਜਾਏ ਸਾਡੀ ਭੈਣ ਦੀ ਸਿੱਧ ਨੇ ਤੇਰੇ ਸਾਹ ਵਧਾ ਦਿੱਤਾ ਨੀ ਪਰ ਇਹ ਨਾ ਸਮਝੀਆਂ ਸਾਡੀ ਤੇਰੀ ਦੁਸ਼ਮਣੀ ਮੁੱਕ ਗਈ ਹੈ। ਅਸਲਾਮ ਅਲੈਕੁਮ, ਜਿੰਦੇ ਰਹੋ ਵਸਦੇ ਰਹੋ ਮੇਰੇ ਭੈਣੋ ਤੇ ਮੇਰੇ ਭਰਾਓ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤੀ ਚਾਦਰ ਹੋ ਰਹੇ ਹਾਂ ਔਰ ਆਪਣੇ ਦੌਰ ਦੀ ਸੁਪਰ ਦੁਪਰ ਇੱਟ ਫਿਲਮ ਹੀਰਾ ਤੇ ਬਸ਼ੀਰਾ। 3 ਜੂਨ 1978 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਹੀਰਾ ਤੇ ਬਸ਼ੀਰਾ। ਇਸ ਫਿਲਮ ਦੇ ਜਿਹੜੇ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਹੀ ਤੇ ਅਦਾਕਾਰ ਇਕਬਾਲ ਹਸਨ ਨੇ ਅਦਾ ਕੀਤਾ। ਦੋਨਾਂ ਨੇ ਇਸ ਫਿਲਮ ਦੇ ਅੰਦਰ ਬੜੀ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਔਰ ਇਸ ਫਿਲਮ ਦਾ ਮਿਊਜ਼ਿਕ ਵੀ ਬੜਾ ਅੱਛਾ ਹੈ ਔਰ ਇਸ ਫਿਲਮ ਦੇ ਅਦਾਕਾਰ ਸੁਲਤਾਨ ਰਹੀ, ਆਸੀਆ, ਇਕਬਾਲ ਹਸਨ, ਨਾਜ਼ਲੀ, ਮੁਸਤਫਾ ਕੁਰੇਸ਼ੀ, ਸ਼ੇਖ ਇਕਬਾਲ, ਖਿਆਮ, ਨੀਅਰ ਸੁਲਤਾਨਾ, ਤਾਇਆ ਬਰਕਤ, ਰੰਗੀਲਾ, ਸਹਿਕਾ, ਖਾਲਸ ਲੀ ਮੋਟਾ, ਹਦਿਆਤ, ਫੈਸਲ ਏਜਾਜ਼, ਫਿਲਮ ਸਾਜ਼ ਐਮ ਸ਼ਰੀਫ ਮੁਹੰਮਦ ਇਬਰਾਹੀਮ। ਇਸ ਫਿਲਮ ਦੇ ਲਿਖਾਰੀ ਸਲੀਮ ਜ਼ੁਬੈਰੀ ਤੇ ਦਾ ਮਿਊਜ਼ਿਕ ਦਿੱਤਾ ਹੈ ਕਮਾਲ ਅਹਿਮਦ ਨੇ। ਇਸ ਫਿਲਮ ਦੇ ਗੁਲਕਾਰ ਹਨ ਨੂਰਜਹਾਨ, ਨਾਇਦ ਅਖਤਰ, ਮਾਲਾ ਤੇ ਮਨਜ਼ੂਰ ਹੁਸੈਨ, ਕੈਮਰਾਮੈਨ ਗਜ਼ਨਫਰ ਅਲੀ ਹਨ ਔਰ ਇਸ ਫਿਲਮ ਦੇ ਅੰਦਰ ਸੁਲਤਾਨ ਰਹੀ ਤੇ ਇਕਬਾਲ ਹਸਨ ਨੇ ਟਾਈਟਲ ਰੋਲ ਅਦਾ ਕੀਤਾ ਹੈ। ਦੋਨੋਂ ਭਰਾ ਹੁੰਦੇ ਹਨ ਔਰ ਇਹਨਾਂ ਦੀ ਇੱਕ ਭੈਣ ਹੁੰਦੀ ਹੈ ਜਿਸ ਦਾ ਨਾਮ ਲਾਡੋ ਹੁੰਦਾ ਹੈ ਔਰ ਲਾਡੋ ਦਾ ਕਿਰਦਾਰ ਅਦਾਕਾਰ ਸਹਿਕਾ ਨੇ ਅਦਾ ਕੀਤਾ ਹੈ ਔਰ ਇਹਨਾਂ ਤਿੰਨਾਂ ਦੀ ਮਾਂ ਦਾ ਕਿਰਦਾਰ ਜਿਹੜਾ ਨਾ ਉਹ ਅਦਾਕਾਰ ਨੀਅਰ ਸੁਲਤਾਨਾ ਨੇ ਅਦਾ ਕੀਤਾ ਹੈ। ਭਾ ਕਿਹੜੇ ਪਿਆਰੇ ਲੱਗਿਆ ਦੱਥਾ ਲਾ, ਤੋ ਯਾਰ ਮੇਰੇ ਟਿੜੀ ਪੀੜ ਹੋ ਰਹੀ ਹੈ, ਤੂੰ ਵੀ ਤਾਂ ਥੋੜ੍ਹਾ ਜਿਹਾ ਆਰਾਮ ਕਰ ਲੈ ਤੇ ਮੈਂ ਹੁਣੇ ਆਇਆ ਦਵਾਈ ਲੈ ਕੇ। ਲਓ ਜਾਇਦਾਦ ਤੇ ਤਨਾਜ਼ੇ ਤੇ ਬਚਪਨ ਵਿੱਚ ਨੀਅਰ ਸੁਲਤਾਨਾ ਦੇ ਖਾਮਦ ਨੂੰ ਕਤਲ ਕਰਕੇ ਬੱਚਿਆਂ ਨੂੰ ਇਲਾਕਾ ਬਦਰ ਕਰ ਦਿੰਦਾ ਜਾਂਦਾ ਹੈ, ਪਿੰਡ ਚੋਂ ਕੱਢ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਜ਼ਮੀਨਾਂ ਤੇ ਹਵੇਲੀਆਂ ਦੇ ਸ਼ੇਖ ਇਕਬਾਲ ਕਬਜ਼ਾ ਕਰ ਲੈਂਦਾ ਹੈ ਔਰ ਸ਼ੇਖ ਇਕਬਾਲ ਜਿਹੜਾ ਹੁੰਦਾ ਹੈ ਉਹ ਮੁਸਤਫਾ ਕੁਰੇਸ਼ੀ ਦਾ ਚਾਚਾ ਹੁੰਦਾ ਹੈ, ਨਾਜ਼ਲੀ ਜਿਹੜੀ ਹੁੰਦੀ ਹੈ ਉਹਦਾ ਨਾਮ ਨਾਜ਼ੋ ਹੁੰਦਾ ਹੈ ਤੇ ਮੁਸਤਫਾ ਕੁਰੇਸ਼ੀ ਦਾ ਨਾਮ ਇਸ ਫਿਲਮ ਵਿੱਚ ਨਾਦਰ ਹੁੰਦਾ ਹੈ। ਤੋ ਦੋਨੋਂ ਆਪਸ ਵਿੱਚ ਭੈਣ ਭਰਾ ਹੁੰਦੇ ਨੇ ਔਰ ਨਾਜ਼ਲੀ ਨੇ ਇਸ ਫਿਲਮ ਵਿੱਚ ਬੜਾ ਹੀ ਅੱਛਾ ਕੰਮ ਕੀਤਾ ਹੈ ਔਰ ਨਾਜ਼ਲੀ ਜਿਹੜੀ ਹੁੰਦੀ ਹੈ ਉਹ ਇਕਬਾਲ ਹਸਨ ਦੇ ਨਾਲ ਪਿਆਰ ਕਰਦੀ ਹੈ ਔਰ ਜਿਹੜੀ ਆਸੀਆ ਹੁੰਦੀ ਹੈ ਉਹ ਅਦਾਕਾਰ ਸੁਲਤਾਨ ਰਹੀ ਦੇ ਨਾਲ ਉਹਦੀ ਜੋੜੀ ਬਣਾਈ ਗਈ ਹੈ। ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਜਦੋਂ ਇਹ ਬੱਚੇ ਜਵਾਨ ਹੁੰਦੇ ਨੇ ਮੁੜ ਕੇ ਦੁਬਾਰਾ ਆਪਣੇ ਪਿੰਡ ਆਉਂਦੇ ਨੇ ਔਰ ਦੁਸ਼ਮਣਾਂ ਕੋਲੋਂ ਆਪਣੇ ਜਿਹੜੇ ਜ਼ਮੀਨ ਹਨ ਆਪਣੇ ਜਾਇਦਾਦਾਂ ਉਹ ਵਾਪਸ ਲੈ ਲੈਂਦੇ ਨੇ। ਇਸ ਫਿਲਮ ਦੇ ਅੰਦਰ ਇੱਕ ਨਵੇਂ ਲੜਕੇ ਨੂੰ ਚਾਂਸ ਦਿੱਤਾ ਗਿਆ ਜਿਹਦਾ ਨਾਮ ਇਸ ਫਿਲਮ ਵਿੱਚ ਅੱਛੂ ਹੁੰਦਾ ਹੈ। ਅੱਛੂ ਪੁੱਤਰ, ਖੂਹ ਤੋਂ ਹੀਰੇ ਤੇ ਬਸ਼ੀਰੇ ਨੂੰ ਨਾਲ ਲੈ ਜਾਈਂ, ਕਿਧਰੇ ਦੁਸ਼ਮਣ ਰਸਤਾ ਨਾ ਡੱਕ ਲੈਣ। ਔਰ ਉਸ ਲੜਕੇ ਨੇ ਬੜਾ ਹੀ ਅੱਛਾ ਕੰਮ ਕੀਤਾ ਹੈ ਔਰ ਅੱਛਾ ਕੰਮ ਕੀਤਾ ਹੈ ਜਿਸ ਦੀ ਵਜ੍ਹਾ ਤੋਂ ਇਹ ਆਪਣੇ ਦੌਰ ਦੀ ਸੁਪਰ ਦੁਪਰ ਇੱਟ ਫਿਲਮ ਰਹੀ। ਇਸ ਫਿਲਮ ਦਾ ਮਿਊਜ਼ਿਕ ਹੀ ਬੜਾ ਸ਼ਾਨਦਾਰ ਹੈ। ਔਰ ਸੁਲਤਾਨੀ ਨੇ ਬੜਾ ਅੱਛਾ ਕੰਮ ਕੀਤਾ ਹੈ, ਆਸੀਆ ਨੇ ਬੜਾ ਅੱਛਾ ਕੰਮ ਕੀਤਾ ਹੈ, ਮੁਸਤਫਾ ਕੁਰੇਸ਼ੀ ਨੇ ਰਵਾਇਤੀ ਤੌਰ ਤੇ ਬੜਾ ਹੀ ਅੱਛਾ ਕੰਮ ਕੀਤਾ ਹੈ। ਬੜੀ ਜ਼ਬਰਦਸਤ ਕਹਾਣੀ ਹੈ ਔਰ ਇਹ ਫਿਲਮ ਯੂਟਿਊਬ ਤੇ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੈ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।